ਇੰਡੀਆ ਨਿਊਜ਼ ਪੰਜਾਬ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਜਸਮੀਤ ਕੌਰ। ਆਪਣਾ ਘਰ ਖਰੀਦਣਾ ਹਰ ਕਿਸੇ ਦੇ ਜੀਵਨ ਦਾ ਸੁਪਨਾ ਹੁੰਦਾ ਹੈ ਅਤੇ ਸੁਪਨਿਆਂ ਦੇ ਘਰ ਨੂੰ ਸਾਕਾਰ ਕਰਨ ਲਈ ਹਰ ਕੋਈ ਬੱਚਤ ਵੀ ਕਰਦਾ ਹੈ। ਗੱਲ ਕਰੀਏ ਮੋਹਾਲੀ ਦੇ ਸੈਕਟਰ 80 ਦੀ, ਤਾਂ ਹੁਣ ਇਹ ਇਲਾਕਾ ਵੀ ਵਿਕਸਿਤ ਹੋ ਰਿਹਾ ਅਤੇ ਲੋਕ ਇਸ ਇਲਾਕੇ ਦੇ ਵਿੱਚ ਘਰ ਖਰੀਦਣ ਦੀ ਇੱਛਾ ਜ਼ਾਹਿਰ ਕਰ ਰਹੇ ਨੇ। ਇਹ ਹੈ ਮੋਹਾਲੀ ਦਾ ਸੈਕਟਰ 80, ਜਿੱਥੇ ਨਵੀਆਂ ਇਮਾਰਤਾਂ ਅਤੇ ਤੇਜ਼ੀ ਦੇ ਨਾਲ ਘਰ ਬਣੇ ਨੇ। ਦੂਜੇ ਇਲਾਕੇ 'ਚੋਂ ਆਏ ਲੋਕ ਇਸ ਸੈਕਟਰ ਦੇ ਵਿੱਚ ਆ ਕੇ ਰਹਿਣ ਲੱਗੇ ਨੇ। ਇੱਥੇ ਰਹਿੰਦੇ ਆਮ ਲੋਕਾਂ ਦਾ ਕਹਿਣਾ ਹੈ ਕਿ ਸੈਕਟਰ ਦੇ ਵਿੱਚ ਸਾਰੀਆਂ ਸਹੂਲਤਾਂ ਮੌਜੂਦ ਨੇ, ਜਿਸ ਕਰਕੇ ਉਹ ਇੱਥੇ ਰਹਿ ਰਹੇ ਨੇ। 79 ਸੈਕਟਰ ਅੱਛਾ ਸੈਕਟਰ ਹੈ, ਬਹੁਤ ਡਿਵੈਲਪਮੈਂਟ ਹੋਈ ਹੈ, ਅੱਛੀ ਡਿਵੈਲਪਮੈਂਟ ਹੋਈ ਹੈ ਔਰ ਸੀਵਰੇਜ ਵਗੈਰਾ ਕੀ ਪ੍ਰੋਬਲਮ ਵੀ ਨਹੀਂ ਹੈ, ਯਹਾਂ ਪੇ ਵਾਟਰ ਕੀ ਪ੍ਰੋਬਲਮ ਨਹੀਂ ਹੈ, ਬੜਾ ਅੱਛਾ ਸਾਫ਼ ਸੁਥਰਾ ਸੈਕਟਰ ਹੈ। ਸੈਕਟਰ ਵਿੱਚ ਪ੍ਰੋਪਰਟੀ ਦਾ ਕੰਮ ਕਰਦੇ ਪ੍ਰੋਪਰਟੀ ਡੀਲਰਾਂ ਨੇ ਦੱਸਿਆ ਕਿ ਸੈਕਟਰ ਤੇਜ਼ੀ ਨਾਲ ਡਿਵੈਲਪ ਹੋ ਰਿਹਾ ਅਤੇ ਇੱਥੇ ਆਬਾਦੀ ਵੀ ਤੇਜ਼ੀ ਨਾਲ ਵਧੀ ਹੈ, ਜਿਸ ਕਰਕੇ ਪ੍ਰੋਪਰਟੀ ਦੇ ਰੇਟਾਂ ਵਿੱਚ ਵੀ ਖਾਸਾ ਵਾਧਾ ਹੋਇਆ। ਉਹਨਾਂ ਆਉਣ ਵਾਲੇ ਸਮੇਂ ਵਿੱਚ ਇਸ ਖੇਤਰ ਦੇ ਵਿੱਚ ਹੋਰ ਤੇਜ਼ੀ ਨਾਲ ਡਿਵੈਲਪਮੈਂਟ ਹੋਣ ਦੀ ਗੱਲ ਵੀ ਆਖੀ ਹੈ। ਸਾਰੇ ਇਲਾਕਿਆਂ ਤੋਂ ਮਤਲਬ ਹੈ ਜੀਰਕਪੁਰ, ਪੰਚਕੂਲਾ, ਉਹ ਸਾਰਾ ਬੈਕਵਰਡ ਜਿਹਾ ਏਰੀਆ ਹੋਵੇ ਅਤੇ ਜ਼ਿਆਦਾ ਆਬਾਦੀ ਕਰਕੇ ਹੁਣ ਜਿੱਦਾਂ ਆਪਣਾ ਸੈਕਟਰ ਮੋਹਾਲੀ ਦਾ ਇਲਾਕਾ ਆਪਣਾ ਪੋਰਸ਼ ਇਲਾਕਾ ਹੌਲੀ ਹੌਲੀ ਬਣੂਗਾ। ਚੰਡੀਗੜ੍ਹ 'ਤੇ ਮਤਲਬ ਵਧੀਆ ਬਣ ਸਕਦਾ ਇਲਾਕਾ, ਉਰੇ ਬਹੁਤ ਹੁਣ ਪ੍ਰੋਪਰਟੀ ਦੇ ਰੇਟ ਵੱਧ ਰਹੇ ਆ, ਜਿੱਦਾਂ ਦੇਖ ਲਈ ਆਪਣਾ ਉਰੇ ਡਿਵੈਲਪ ਹੋ ਰਿਹਾ, ਡਿਵੈਲਪ ਜਾ ਰਿਹਾ ਤੋਂ ਅੱਗੇ ਆਪਣੇ ਜਿੱਦਾਂ ਜਾ ਕੇ ਦੇਖਿਓ ਤੁਸੀਂ ਉਹਨੂੰ ਸਾਰੇ ਮਾਰਕੀਟਾਂ ਦੇ ਰੇਟ ਇੱਦਾਂ ਆਪਣੇ ਪੈਟਰੋਲ ਪੰਪ ਖੁੱਲ੍ਹ ਰਹੇ ਆ, ਉਰੇ 2-3 ਹੋਰ ਖੁੱਲ੍ਹੇ ਆ, ਪ੍ਰਵੀਧਨ ਆ ਗਈ, ਬਾਕੀ ਆਪਣਾ ਜੁਬਲੀ ਜੰਕਸ਼ਨ, ਜੁਬਲੀ ਹਰ ਜੁਬਲੀ ਕਰੋਸਿੰਗ ਅਰਬ ਸਾਰੇ ਅਰਬ ਸੈਕਟਰ ਆ ਖੁੱਲ੍ਹ ਰਹੇ ਬਾਈ, ਇਹਨਾਂ ਦੇ ਰੇਟ ਬਹੁਤ ਵੱਧ ਰਹੇ ਆ, ਮਾਰਕੀਟਾਂ ਉਰੇ ਬਣ ਰਹੀਆਂ ਉਰੇ ਮਿਊਂਸੀਪਲ ਕਾਰਪੋਰੇਸ਼ਨ ਦੇ ਨਾਲ ਇੱਕ ਆਪਣਾ ਜੁਬਲੀ ਜੰਕਸ਼ਨ ਬਣ ਰਿਹਾ, ਉੱਥੇ ਮਾਰਕੀਟ ਬਣ ਰਹੀ ਆ, ਉੱਥੇ ਉਹ ਡਿਵੈਲਪ ਹੋ ਰਿਹਾ। ਮਤਲਬ ਹੁਣ ਗੱਲ ਕਰਦੇ ਹਾਂ ਸੈਕਟਰ 80 ਵਿੱਚ ਪ੍ਰੋਪਰਟੀ ਦੇ ਰੇਟਾਂ ਦੀ। ਮੋਹਾਲੀ ਦੇ ਸੈਕਟਰ 80 ਦੇ ਵਿੱਚ ਪ੍ਰੋਪਰਟੀ ਦੇ ਰੇਟ 1 BHK 15-20 ਲੱਖ ਰੁਪਏ, 2 BHK 30-35 ਲੱਖ ਰੁਪਏ, ਜਦਕਿ 3 BHK 35-40 ਲੱਖ ਰੁਪਏ ਅਤੇ 10 ਮਰਲੇ 50-55 ਲੱਖ ਰੁਪਏ, 16 ਮਰਲੇ 1-1.5 ਕਰੋੜ ਰੁਪਏ, ਜਦਕਿ 1 ਕਨਾਲ ਦਾ ਰੇਟ 2.5 ਕਰੋੜ ਰੁਪਏ ਆਖਿਆ ਜਾ ਰਿਹਾ ਹੈ। ਇਹ ਸਨ ਮੋਹਾਲੀ ਦੇ ਸੈਕਟਰ 80 ਦੇ ਵਿੱਚ ਪ੍ਰੋਪਰਟੀ ਦੇ ਰੇਟ, ਜਿੱਥੇ ਤੁਸੀਂ ਵੀ ਆਪਣੇ ਬਜਟ ਦੇ ਹਿਸਾਬ ਨਾਲ ਆਪਣੇ ਸੁਪਨਿਆਂ ਦਾ ਘਰ ਬਣਾ ਸਕਦੇ ਹੋ। ਬਿਊਰੋ ਰਿਪੋਰਟ, ਇੰਡੀਆ ਨਿਊਜ਼ ਪੰਜਾਬ। ਸਾਡੇ ਸਹਿਯੋਗੀ ਗਗਨਦੀਪ ਸਿੰਘ ਨੇ ਚੰਡੀਗੜ੍ਹ ਦੇ ਵਿੱਚ ਪ੍ਰੋਪਰਟੀ ਦੀਆਂ ਜਿਹੜੀਆਂ ਥਾਵਾਂ ਨੇ ਉਹਨਾਂ ਦਾ ਜਾਇਜ਼ਾ ਲਿਆ। ਪ੍ਰੋਪਰਟੀ ਨੂੰ ਲੈ ਕੇ ਹਰ ਕਿਸੇ ਦੇ ਮਨ ਦੇ ਵਿੱਚ ਚਿੰਤਾ ਰਹਿੰਦੀ ਹੈ ਅਤੇ ਇੱਕ ਸਵਾਲ ਰਹਿੰਦਾ ਹੈ ਕਿ ਜੇ ਪ੍ਰੋਪਰਟੀ ਦੇ ਵਿੱਚ ਇਨਵੈਸਟਮੈਂਟ ਕਰਨੀ ਹੈ ਜਾਂ ਘਰ ਖਰੀਦਣਾ ਹੈ ਤਾਂ ਕਿੱਥੇ ਕੀਤਾ ਜਾਵੇ। ਇਸ ਲਈ ਇੰਡੀਆ ਨਿਊਜ਼ ਪੰਜਾਬ ਤੁਹਾਡੇ ਲਈ ਲੈ ਕੇ ਆਇਆ ਖਾਸ ਤੌਰ ਦੇ ਉੱਤੇ ਪ੍ਰੋਪਰਟੀ ਸ਼ੋਅ, ਅਤੇ ਅੱਜ ਪ੍ਰੋਪਰਟੀ ਸ਼ੋਅ ਦੇ ਵਿੱਚ ਗੱਲ ਕਰਾਂਗੇ ਸੈਕਟਰ 80 ਮੋਹਾਲੀ ਦੀ। ਜੀ ਹਾਂ, ਇਸ ਵੇਲੇ ਅਸੀਂ ਮੌਜੂਦ ਹਾਂ ਮੋਹਾਲੀ ਦੇ ਸੈਕਟਰ 80 ਦੇ ਵਿੱਚ, ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਖੁੱਲ੍ਹੀ ਸੜਕ ਸਿੱਧਾ ਜਾਂਦੀ ਹੈ ਸੈਕਟਰ 80 ਨੂੰ, ਅਤੇ ਜੇ ਇੱਥੋਂ ਦੀ ਗੱਲ ਕਰੀਏ ਚੰਡੀਗੜ੍ਹ ਏਅਰਪੋਰਟ ਦੀ ਤਾਂ ਉਹ ਮਹਿਜ਼ 14 ਕਿਲੋਮੀਟਰ ਦੀ ਦੂਰੀ 'ਤੇ ਹੈ, ਅਤੇ ਉੱਥੇ ਹੀ ਜੇ ਗੱਲ ਕਰੀਏ ISBT ਸੈਕਟਰ 43 ਦੀ ਤਾਂ ਉਹ 7 ਕਿਲੋਮੀਟਰ ਦੀ ਦੂਰੀ ਦੇ ਉੱਤੇ ਪੈਂਦਾ ਹੈ। ਟ੍ਰਾਈ ਸਿਟੀ ਦੇ ਨਾਲ ਨਾਲ ਲੱਗਦੇ ਕਈ ਥਾਵਾਂ ਦੇ ਉੱਤੇ ਅੱਜ ਕੱਲ੍ਹ ਇਨਵੈਸਟਮੈਂਟ ਦੀਆਂ ਬਹੁਤ ਚਰਚਾਵਾਂ ਚੱਲ ਰਹੀਆਂ ਨੇ, ਅਤੇ ਉੱਥੇ ਹੀ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਹੈ ਮੋਹਾਲੀ ਦਾ ਸੈਕਟਰ 80। ਤਾਂ ਇਹ ਤੁਸੀਂ ਮੋਹਾਲੀ ਸੈਕਟਰ 80 ਦੀ ਜਿਹੜੀਆਂ ਇਹ ਤਸਵੀਰਾਂ ਦੇਖ ਰਹੇ ਹੋ, ਇਹ ਸਾਫ਼ ਤੌਰ ਦੇ ਉੱਤੇ ਬਿਆਨ ਕਰਦੀਆਂ ਕਿ ਇੱਥੇ ਟ੍ਰੈਫਿਕ, ਇੱਥੇ ਪਲਾਂਟੇਸ਼ਨ, ਇੱਥੇ ਦੀ ਆਬੋ ਹਵਾ ਕਿਸ ਤਰੀਕੇ ਦੇ ਨਾਲ ਤੁਹਾਨੂੰ ਬਿਆਨ ਕਰ ਰਹੀ ਹੈ। ਹਾਲਾਂਕਿ ਕੰਸਟਰਕਸ਼ਨ ਦਾ ਕੰਮ ਵੀ ਸੈਕਟਰ 80 ਦੇ ਵਿੱਚ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ,
ਆਸ ਪਾਸ ਦੇ ਕਈ ਇਲਾਕਿਆਂ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪਲਾਟ ਜਿਹੜੇ ਨੇ ਉਹ ਬਣ ਵੀ ਰਹੇ ਨੇ। ਅਤੇ ਉੱਥੇ ਹੀ ਗੱਲ ਕਰੀਏ ਮੋਹਾਲੀ ਦੇ ਰਹਿਣ ਵਾਲੇ ਵਸਨੀਕਾਂ ਦੀ, ਤਾਂ ਕਈ ਵਸਨੀਕ ਇੱਥੋਂ ਦੇ ਰਹਿਣ ਵਾਲੇ ਇਹ ਵੀ ਕਹਿੰਦੇ ਨੇ ਕਿ ਇੱਥੇ ਕਾਫੀ ਸਹੂਲਤਾਂ ਜਿਹੜੀਆਂ ਨੇ ਉਹਨਾਂ ਨੂੰ ਮਿਲਦੀਆਂ ਨੇ। ਤਾਂ ਕੀ ਜੇ ਤੁਸੀਂ ਵੀ ਆਪਣੀ ਇਨਵੈਸਟਮੈਂਟ ਅੱਗੇ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਸੈਕਟਰ 80 ਮੋਹਾਲੀ ਤੁਹਾਡੇ ਲਈ ਠੀਕ ਹੈ ਜਾਂ ਨਹੀਂ, ਇਸ ਦੇ ਉੱਤੇ ਤੁਹਾਨੂੰ ਅਸੀਂ ਆਪਣੀ ਰਿਪੋਰਟ ਵੀ ਦੱਸਾਂਗੇ ਅਤੇ ਨਾਲ ਮਾਹਿਰਾਂ ਦੀ ਚਰਚਾ ਵੀ ਕਰਾਂਗੇ। ਪ੍ਰੋਪਰਟੀ ਨੂੰ ਲੈ ਕੇ ਹਰ ਕਿਸੇ ਦੇ ਮੋਹਾਲੀ ਸੈਕਟਰ 80 ਦੇ ਵਿੱਚ ਪ੍ਰੋਪਰਟੀ ਰੇਟ 10 ਮਰਲੇ ਦੇ 50 ਤੋਂ 55 ਲੱਖ, 16 ਦੇ 1 ਤੋਂ 1.5 ਕਰੋੜ ਤੱਕ ਹੈ। 1 BHK 15 ਤੋਂ 20 ਲੱਖ ਰੁਪਏ, 2 BHK 30 ਤੋਂ 35 ਲੱਖ ਰੁਪਏ, 10 ਮਰਲਿਆਂ ਦੇ ਰੇਟ 50 ਤੋਂ 55 ਲੱਖ, 1 ਨਾਲ ਦਾ 2.5 ਕਰੋੜ ਰੁਪਏ ਰੇਟ ਹੈ। 1 BHK ਦਾ 15 ਤੋਂ 20, 2 BHK 30 ਤੋਂ 35, 3 BHK 35 ਤੋਂ 40 ਲੱਖ ਰੁਪਏ ਰੇਟ ਹੈ, ਜਦਕਿ 10 ਮਰਲੇ 50 ਤੋਂ 55 ਲੱਖ, 16 ਮਰਲੇ 1 ਤੋਂ 1.5 ਕਰੋੜ ਅਤੇ 1 ਨਾਲ 2.5 ਕਰੋੜ ਦਾ ਰੇਟ ਹੈ ਜਿਹੜਾ ਚੰਡੀਗੜ੍ਹ ਦੇ ਮੋਹਾਲੀ ਸੈਕਟਰ 80 ਦੇ ਵਿੱਚ ਹੈ। ਸਾਡੇ ਨਾਲ ਇਸ ਬਾਰੇ ਚਰਚਾ ਕਰਨ ਦੇ ਲਈ GPP ਗਰੁੱਪ ਦੇ ਮਾਰਕੀਟਿੰਗ ਡਾਇਰੈਕਟਰ ਅਨੁਪਮ ਗੁਪਤਾ ਜੁੜ ਚੁੱਕੇ ਨੇ। ਅਨੁਪਮ ਜੀ, ਸਵਾਗਤ ਹੈ ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਤੁਹਾਡਾ। ਹਰ ਇੱਕ ਦੀ ਇੱਛਾ ਹੁੰਦੀ ਹੈ ਕਿ ਉਹ ਆਪਣਾ ਘਰ ਖਰੀਦੇ, ਅਤੇ ਉਸਦੇ ਲਈ ਰੇਟ ਦਾ ਸਹੀ ਪਤਾ ਹੋਣਾ ਬਹੁਤ ਜ਼ਰੂਰੀ ਹੁੰਦਾ। ਸਾਡਾ ਪਹਿਲਾ ਸਵਾਲ ਵੀ ਇਹ ਕਿ ਸਹੀ ਮੁੱਲ ਦਾ ਪਤਾ ਕਿਵੇਂ ਲੱਗੇ, ਕਿ ਡੀਲਰ ਜੋ ਮੁੱਲ ਦੱਸ ਰਿਹਾ ਉਹ ਅਸਲ ਦੇ ਵਿੱਚ ਸਹੀ ਹੈ, ਜਾਂ ਜੋ ਜਿਸਨੇ ਘਰ ਖਰੀਦਣਾ ਉਹ ਜੋ ਸੋਚ ਰਿਹਾ ਉਹ ਸਹੀ ਹੈ। ਦੇਖੋ, ਜਿਹੜਾ ਰੇਟ ਹੈਗਾ ਉਹ ਬੇਸਿਕਲੀ ਸਾਨੂੰ ਇੰਟਰਨੈਟ ਦੇ ਉੱਪਰ ਅੱਜ ਡੇਟ 'ਚ ਸਾਰੀ ਇਨਫੋਰਮੇਸ਼ਨ ਅਵੇਲੇਬਲ ਹੈਗੀ ਹੈ। ਜਾਂ ਤੁਸੀਂ ਇੱਕ ਪਰਟੀਕੁਲਰ ਸੈਕਟਰ ਦੇ ਬਾਰੇ ਸਰਚ ਕਰ ਰਹੇ ਹੋ ਅਤੇ ਉਸ ਸੈਕਟਰ ਦੇ ਵਿੱਚ ਕਿਹੜੇ ਕਿਹੜੇ ਬਿਲਡਰਸ ਕੰਮ ਕਰ ਰਹੇ ਨੇ, ਉਹਨਾਂ ਬਿਲਡਰਸ ਦੀ ਕੀ ਔਫਰਸ ਨੇ, ਉਹ ਸਾਰੀਆਂ ਇੰਟਰਨੈਟ 'ਤੇ ਤੁਸੀਂ ਬਿਲਡਰ ਦਾ ਨਾਮ ਉਹਦੀ ਵੈਬਸਾਈਟ ਪਾ ਕੇ ਲੱਭ ਸਕਦੇ ਹੋ। ਤਾਂ ਇੱਕ ਤੁਹਾਨੂੰ ਬਰੋਡ ਆਈਡੀਆ ਹੋ ਜਾਂਦਾ ਕਿ ਬੇਸਿਕਲੀ ਜੋ ਰੇਟ ਮੈਨੂੰ ਮਾਰਕੀਟ 'ਚ ਪ੍ਰੋਪਰਟੀ ਕੋਟ ਕਰ ਰਿਹਾ ਜਾਂ ਜੋ ਕੰਪਨੀ ਕੋਟ ਕਰ ਰਹੀ ਹੈ ਉਹ ਉਹਦੇ ਵਿੱਚ ਅਤੇ ਜੋ ਸਾਈਟ ਦੇ ਉੱਪਰ ਆ ਰਿਹਾ ਉਹਦੇ ਵਿੱਚ ਕੀ ਡਿਫਰੈਂਸ ਹੈਗਾ। ਜਿਹੜਾ ਬੇਸਿਕਲੀ ਰੇਟ ਦੀ ਵੇਰੀਏਸ਼ਨ ਹੁੰਦੀ ਹੈ ਉਹ 5-7% ਹੀ ਹੁੰਦੀ ਹੈ ਜਿਹੜਾ ਰੇਟ ਤੁਸੀਂ ਉੱਥੇ ਲੱਭੋਗੇ। ਬਿਕੋਜ਼ ਐਂਡ ਆਫ ਦਾ ਡੇ ਜਿਹੜੀ ਵੀ ਕੰਪਨੀ ਪ੍ਰੋਜੈਕਟ ਨੂੰ ਮਾਰਕੀਟ ਕਰ ਰਹੀ ਹੈ ਉਹਦੇ ਵਿੱਚ ਥੋੜ੍ਹਾ ਬਹੁਤ ਉਹਨਾਂ ਨੇ ਡੀਲਰ ਕਮਿਸ਼ਨ ਦੇਣਾ ਹੁੰਦਾ 2-4-5%, ਅਤੇ ਉਹੀ ਚੀਜ਼ਾਂ ਜਿਹੜੀਆਂ ਹੈਗੀਆਂ ਬੇਸਿਕਲੀ ਜਿਹੜੀ ਡਿਫਰੈਂਸ ਕ੍ਰੀਏਟ ਕਰਦੀਆਂ ਰੇਟਸ ਦੇ ਵਿੱਚ, ਅਦਰਵਾਈਜ਼ ਮੇਜਰ ਡਿਫਰੈਂਸ ਨਹੀਂ ਹੁੰਦਾ। ਤਾਂ ਮੈਂ ਚਾਹੁੰਦਾ ਕਿ ਇਹਦੇ ਵਾਸਤੇ ਤੁਹਾਨੂੰ R&D ਪਹਿਲਾਂ ਕਰਨੀ ਚਾਹੀਦੀ ਹੈ, ਜਾਣ ਤੋਂ ਪਹਿਲਾਂ ਘਰ ਤੋਂ ਨੈੱਟ ਦੇ ਉੱਪਰ ਪੂਰਾ ਸਟੱਡੀ ਕਰਕੇ ਜਾਓ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਉਸ ਏਰੀਆ 'ਚ ਕਿਹੜੇ ਕਿਹੜੇ ਬਿਲਡਰਸ ਨੇ, ਉਹਨਾਂ ਦੇ ਕੋਲ ਕਿਹੜੇ ਕਿਹੜੇ ਪ੍ਰੋਡਕਟਸ ਨੇ ਅਤੇ ਉਹਨਾਂ ਦੇ ਕੀ ਪ੍ਰਾਈਜ਼ ਜਿਹੜੇ ਉਹਨਾਂ ਨੇ ਸਾਈਟ 'ਤੇ ਅਪਲੋਡ ਕਰ ਰੱਖੇ ਨੇ। ਅਤੇ ਫਿਰ ਜਦ ਤੁਸੀਂ ਉਹਨੂੰ ਜਾਓ ਤਾਂ ਪ੍ਰੋਪਰਟੀ ਨਾਲ ਤੁਸੀਂ ਡਿਸਕਸ ਕਰ ਰਹੇ ਹੋ ਤਾਂ ਉਹਦੇ ਨਾਲ ਤੁਸੀਂ ਥੋੜ੍ਹਾ ਬਹੁਤਾ ਨੈਗੋਸ਼ੀਏਟ ਕਰ ਸਕਦੇ ਹੋ। ਐਟ ਦਾ ਸੇਮ ਟਾਈਮ ਬਿਲਡਰ ਦੇ ਨਾਲ ਤੁਸੀਂ ਜਾ ਕੇ ਜਦ ਪ੍ਰੋਡਕਟ ਨੂੰ ਫਾਈਨਲ ਕਰਨ ਦੀ ਸਟੇਜ 'ਤੇ ਹੁੰਦੇ ਆ ਤਾਂ ਅਗਰ ਉਹਦੇ ਵਿੱਚ ਕੋਈ ਚਾਂਸ ਹੈਗਾ ਕੁਛ ਥੋੜ੍ਹਾ ਬਹੁਤਾ ਚੀਜ਼ਾਂ ਦਾ ਅਗਰ ਡਿਸਕਾਊਂਟ ਹੋ ਸਕਦਾ ਤਾਂ ਤੁਸੀਂ ਉਹਦੇ ਮੌਕੇ 'ਤੇ ਕਰ ਸਕਦੇ ਹੋ। ਜੀ ਅਨੁਪਮ ਜੀ, ਸਾਡੇ ਨਾਲ ਸਾਡੇ ਦਰਸ਼ਕ ਵੀ ਫੋਨ ਲਾਈਨ 'ਤੇ ਜੁੜ ਰਹੇ ਨੇ, ਬਠਿੰਡਾ ਤੋਂ ਅਮਨਦੀਪ ਕੌਰ ਜੁੜ ਚੁੱਕੇ ਨੇ। ਅਮਨਦੀਪ ਜੀ, ਸਵਾਗਤ ਹੈ ਇੰਡੀਆ ਨਿਊਜ਼ ਪੰਜਾਬ ਦੇ ਵਿੱਚ, ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਅਨੁਪਮ ਜੀ ਨੂੰ। ਸੰਪਰਕ ਟੁੱਟ ਗਿਆ ਸਾਡਾ ਉਹਨਾਂ ਦੇ ਨਾਲ, ਤਕਨੀਕੀ ਖਰਾਬੀ ਦੇ ਚੱਲਦਿਆਂ ਸੰਪਰਕ ਟੁੱਟ ਗਿਆ। ਇੱਕ ਵਾਰ ਫਿਰ ਤੋਂ ਅਸੀਂ ਆਪਣੇ ਮਹਿਮਾਨ ਦਾ ਰੁੱਖ ਕਰ ਲੈਂਦੇ ਹਾਂ। ਅਨੁਪਮ ਜੀ, ਫਲੈਟ ਏਰੀਆ ਹੁੰਦਾ ਜਿੱਥੇ ਆਪਾਂ ਨੇ ਰਹਿਣਾ ਹੁੰਦਾ, ਆਪਾਂ ਅਕਸਰ ਦੇਖ ਪਹਿਲਾਂ ਇਹ ਜਾਣਨਾ ਚਾਹੁੰਦੇ ਹਾਂ ਕਿ ਉਹ ਏਰੀਆ ਜਿਹੜਾ ਉਹ ਕਿਸ ਤਰ੍ਹਾਂ ਦਾ, ਉੱਥੋਂ ਦੀ ਲੋਕੈਲਿਟੀ ਕਿਸ ਤਰ੍ਹਾਂ ਦੀ ਹੈ, ਜਿਹੜੇ ਲੋਕ ਰਹਿ ਰਹੇ ਨੇ ਕਿਸ ਤਰ੍ਹਾਂ ਦੇ ਨੇ, ਉੱਥੇ ਦੇ ਲੋਕਾਂ ਨੂੰ ਸਹੂਲਤਾਂ ਨੇ ਕਿਸ ਤਰ੍ਹਾਂ ਦੀਆਂ ਮਿਲ ਰਹੀਆਂ ਨੇ, ਕੋਈ ਮੈਡੀਕਲ ਫੈਸਿਲਿਟੀ ਹੈ ਜਾਂ ਨਹੀਂ ਹੈ, ਇਹਨਾਂ ਸਾਰੀਆਂ ਤਮਾਮ ਚੀਜ਼ਾਂ ਦੀ ਜਿਹੜੀ ਕਨਫਿਊਜ਼ਨ ਹੈ ਉਹ ਲੋਕ ਕਿਸ ਤਰ੍ਹਾਂ ਦੂਰ ਕਰ ਸਕਦੇ ਨੇ।
ਦੇਖੋ ਜਿਹੜਾ ਤਾਂ ਚੰਡੀਗੜ੍ਹ ਰੀਜਨ ਦੇ ਆਸ ਪਾਸ ਦਾ ਏਰੀਆ ਡਿਵੈਲਪ ਹੋ ਰਿਹਾ, ਜਿਵੇਂ ਜੇ ਆਪਾਂ ਹੁਣ ਅੱਜ ਡਿਸਕਸ ਕਰ ਰਹੇ ਹਾਂ ਮੋਹਾਲੀ ਦੇ ਬਾਰੇ ਜ਼ਿਆਦਾ, ਅਤੇ ਮੋਹਾਲੀ ਸਾਰਾ ਹੀ ਬੜਾ ਵੈੱਲ ਪਲੈਨਡ ਬਣਿਆ ਹੋਇਆ, ਬਿਕੋਜ਼ ਗਮਾਡਾ ਦੇ ਅੰਦਰ ਹੈਗਾ ਅਤੇ ਇਹਦੇ ਵਿੱਚ ਸਾਰੇ ਸੈਕਟਰ ਦੇ ਵਿੱਚ ਇੱਕ ਕੰਡੀਸ਼ਨ ਹੈਗੀ ਕਿ ਤੁਹਾਨੂੰ ਉੱਥੇ ਸਕੂਲ ਸਾਈਟ ਰੱਖਣੀ ਪੈਂਦੀ ਹੈ ਅਤੇ ਨਾਲ ਉਹਦੇ ਵਿੱਚ ਜਿਹੜਾ ਹੈਗਾ ਹੈਲਥ ਫੈਸਿਲਿਟੀਜ਼ ਵੀ ਪ੍ਰੋਵਾਈਡ ਕਰਨੀਆਂ ਪੈਂਦੀਆਂ, ਅੱਜ ਕੱਲ੍ਹ ਈਵਨ ਪ੍ਰੋਜੈਕਟ ਦੇ ਵਿੱਚ ਪ੍ਰੋਵਾਈਡ ਕਰਨੀਆਂ ਪੈਂਦੀਆਂ, ਅਤੇ ਸਭ ਤੋਂ ਵੱਡੀ ਗੱਲ ਸਾਰਾ ਮੋਹਾਲੀ ਇਸ ਹਿਸਾਬ ਨਾਲ ਬਣਿਆ ਹੋਇਆ ਕਿ ਤੁਸੀਂ 10 ਮਿੰਟ ਟੋਕਣਾ ਚਾਹਾਂਗੀ ਮੈਂ। ਸਾਡੇ ਦਰਸ਼ਕ ਬਠਿੰਡਾ ਤੋਂ ਅਮਨਦੀਪ ਕੌਰ ਫਿਰ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਅਮਨਦੀਪ, ਤੁਸੀਂ ਆਪਣਾ ਸਵਾਲ ਅਨੁਪਮ ਜੀ ਤੋਂ ਪੁੱਛ ਸਕਦੇ ਹੋ। ਆਪਣੇ ਟੀਵੀ ਦੀ ਆਵਾਜ਼ ਬੰਦ ਕਰੋ, ਉਸ ਤੋਂ ਬਾਅਦ ਸਵਾਲ ਪੁੱਛੋ। ਆਪਣੇ ਟੀਵੀ ਦੀ ਆਵਾਜ਼ ਕੱਟ ਕਰ ਲਓ। ਹਾਂਜੀ, ਹੁਣ ਸਵਾਲ ਪੁੱਛੋ। ਹੈਲੋ, ਹਾਂਜੀ ਹਾਂਜੀ, ਤੁਸੀਂ ਕੀ ਪੁੱਛਣਾ? ਆਵਾਜ਼ ਮਿਲ ਪਾ ਰਹੀ ਹੈ, ਸੁਣ ਪਾ ਰਹੇ ਹਾਂ ਅਸੀਂ? ਮੋਹਾਲੀ ਸ਼ਹਿਰ ਦੇ ਵਿੱਚ ਬਣਾ ਕੇ ਪਲੋਟ ਦੇ ਵਿੱਚ ਜਿਹੜਾ ਮਕਾਨ ਹੁੰਦਾ ਉਹਨੂੰ ਵਿਲਾ ਕਹਿੰਦੇ ਆ। ਤੁਹਾਨੂੰ ਉੱਥੇ ਬਣਿਆ ਬਣਾਇਆ ਮਕਾਨ ਵੀ ਮਿਲ ਸਕਦਾ ਹੈ, ਇੰਡੀਪੈਂਡੈਂਟ ਪਲੋਟ ਵੀ ਮਿਲ ਸਕਦਾ ਹੈ, ਤੇ ਉੱਥੇ ਫਲੈਟ ਵੀ ਮਿਲ ਸਕਦੇ, ਸਾਰਾ ਕੁਝ ਅਵੇਲੇਬਲ ਹੈਗਾ ਬਜਟ ਦੇ ਹਿਸਾਬ ਨਾਲ। ਜੀ ਅਮਨਦੀਪ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਬਣੇ। ਅਨੁਪਮ ਜੀ, ਇੱਕ ਵਾਰ ਫਿਰ ਤੋਂ ਉਹੀ ਸਵਾਲ ਕਿ ਇਹਨਾਂ ਸਾਰੀਆਂ ਤਮਾਮ ਚੀਜ਼ਾਂ ਦੀ ਜੋ ਤੁਹਾਡੇ ਤੋਂ ਪੁੱਛਿਆ ਗਿਆ ਸੀ ਉਸ ਬਾਰੇ ਪਤਾ ਕਿਵੇਂ ਲਗਾਇਆ ਗਿਆ ਸੀ? ਹਾਂਜੀ, ਮੈਂ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੇ ਮੋਹਾਲੀ ਦੇ ਸੈਕਟਰਸ ਨੇ, ਜਿਵੇਂ ਆਪਾਂ ਗੱਲ ਕਰ ਰਹੇ ਹਾਂ 75 ਸੈਕਟਰ, 76, 77, 78, 79, 81, 116, 105, 110, 115, ਇਹ ਜਿੰਨੇ ਵੀ ਸੈਕਟਰਸ ਨੇ ਇਸ ਹਿਸਾਬ ਨਾਲ ਪਲਾਨ ਕੀਤੇ ਗਏ ਨੇ ਕਿ ਇਹ ਮੈਡੀਕਲ ਫੈਸਿਲਿਟੀਜ਼ ਵਿਦਇਨ 10 ਮਿੰਟ ਡਰਾਈਵ ਹੈ, ਅਤੇ ਸਕੂਲਸ ਜਿਹੜੇ ਹੈਗੇ ਅੱਜ ਜਿਹੜੇ ਜਿੰਨੇ ਸਕੂਲ ਖੁੱਲ ਚੁੱਕੇ ਹੈ ਕਿ ਕਿਸੇ ਵੀ ਪ੍ਰੋਜੈਕਟ ਤੋਂ, ਕਿਸੇ ਵੀ ਸੈਕਟਰ ਤੋਂ 4 ਤੋਂ 5 ਮਿੰਟ ਦੇ ਅੰਦਰ ਤੁਸੀਂ ਸਕੂਲ, ਅੱਛੇ ਸਕੂਲ ਦੇ ਵਿੱਚ ਪਹੁੰਚ ਸਕਦੇ ਹੋ। ਈਵਨ ਹੋਸਪਿਟਲ ਲਾਈਕ ਫੋਰਟੀਜ਼ ਔਰ ਮੈਕਸ ਹੋਸਪਿਟਲ ਜਿਹੜੇ ਹੋਸਪਿਟਲਸ ਨੇ, ਈਵਨ ਚੰਡੀਗੜ੍ਹ ਦਾ 32 ਮੈਡੀਕਲ ਕਾਲਜ ਜਿਹੜਾ ਹੈਗਾ, ਇਹ ਸਾਰੇ ਮੋਹਾਲੀ ਦੇ ਦਾਇਰੇ ਦੇ ਵਿੱਚੋਂ 15-20 ਮਿੰਟ ਦੀ ਡਰਾਈਵ ਦੇ ਵਿੱਚ ਹੈਗਾ। ਅਤੇ ਅੱਜ ਦੀ ਡੇਟ ਦੇ ਜਿੰਨੇ ਵੀ ਪ੍ਰੋਜੈਕਟ ਨੇ ਉਹ ਬੇਸਿਕਲੀ ਵੈਰੀ ਵੈਲ ਪਲੈਨਡ ਨੇ, ਬਿਕੋਜ਼ ਗਮਾਡਾ ਅਪਰੂਵਲ ਜਿਹੜੀ ਦਿੰਦੀ ਹੈ ਉਹਦੇ ਵਿੱਚ ਉਹਨਾਂ ਨੂੰ ਸਾਰੇ ਕਿੰਨਾ ਉਹਦਾ ਕਵਰਡ ਏਰੀਆ ਹੋਏਗਾ, ਕਿੰਨਾ ਉਹਦਾ ਸੁਪਰ ਏਰੀਆ ਹੋਏਗਾ, ਉਹਦੇ ਵਿੱਚ ਪਾਰਕ ਹੋਣਗੇ, ਕਲੱਬ ਹੋਣਗੇ, ਉਹ ਸਾਰੀ ਚੀਜ਼ਾਂ ਪ੍ਰੀ ਰਿਕੁਇਸਿਟ ਨੇ। ਅਤੇ ਇਸ ਕਰਕੇ ਜਦ ਆਪਾਂ ਇੱਕ ਅੱਛੇ ਸ਼ਹਿਰ ਦੀ ਗੱਲ ਕਰ ਰਹੇ ਹਾਂ ਜਿੱਥੇ ਅਨਔਥੋਰਾਈਜ਼ ਹੁਣ ਜਿਹੜੀ ਡਿਵੈਲਪਮੈਂਟ ਨਹੀਂ ਹੋ ਰਹੀ, ਉਹਦੇ ਸਾਰੀ ਜਿਹੜੀ ਪਲੈਨ ਡਿਵੈਲਪਮੈਂਟ ਹੈਗੀ ਹੈ, ਤਾਂ ਐਵੇਂ ਦੇ ਚੈਲੇਂਜਸ ਅੱਜ ਕਸਟਮਰ ਨੂੰ ਨਹੀਂ ਆਉਂਦੇ। ਕਿਉਂਕਿ ਮੇਰਾ ਮੰਨਣਾ ਇਹ ਹੈ ਕਿ ਸਾਰੇ ਮੋਹਾਲੀ ਦੇ ਵਿੱਚ ਅੱਜ ਬਹੁਤ ਜ਼ਿਆਦਾ ਸਕੂਲ ਖੁੱਲ ਚੁੱਕੇ ਨੇ, ਜਗ੍ਹਾ ਜਗ੍ਹਾ 'ਤੇ ਹੋਸਪਿਟਲਸ ਖੁੱਲ ਚੁੱਕੇ ਨੇ, ਤਾਂ ਜਿਹੜੇ ਮਰਜ਼ੀ ਸੈਕਟਰ 'ਚ ਤੁਸੀਂ ਰਹਿੰਦੇ ਹੋ, ਤੁਸੀਂ 10 ਮਿੰਟ ਦੀ ਡਰਾਈਵ ਦੇ ਅੰਦਰ ਤੁਸੀਂ ਅੱਛੀ ਮੈਡੀਕਲ ਫੈਸਿਲਿਟੀ ਹੈ, ਅੱਛੀ ਸਕੂਲ ਫੈਸਿਲਿਟੀ ਹੈ, ਜਾਂ ਸ਼ੋਪਿੰਗ ਫੈਸਿਲਿਟੀ, ਬਿਕੋਜ਼ ਅੰਨਾ ਸ਼ਹਿਰ ਐਕਸਪੈਂਡ ਕੀਤਾ ਹੈ ਕਿ ਚਾਰੇ ਪਾਸੇ ਸ਼ੋਪਿੰਗ ਕੰਪਲੈਕਸਿਸ ਬਣ ਰਹੇ ਨੇ, ਅਤੇ ਕਈ 8 ਮੋਲ ਇਸ ਟਾਈਮ ਸ਼ਹਿਰ ਦੇ ਵਿੱਚ ਬਣਦੇ ਪਏ ਨੇ, 8 ਮੋਲਸ ਜਿਹੜੇ ਕਿ ਵੱਡੇ ਵੱਡੇ ਲੈਵਲ ਦੇ ਨੇ, ਤਾਂ ਉਹ ਕਿਸੇ ਨਾ ਕਿਸੇ ਦੇ ਘਰ ਦੇ ਨੇੜੇ ਹੈ, ਕਿਸੇ ਨੂੰ ਉਹ ਕੋਈ ਮੋਲ 5 ਮਿੰਟ ਦੀ ਡਰਾਈਵ 'ਤੇ, ਕਿਸੇ ਨੂੰ 10 ਮਿੰਟ ਦੀ ਡਰਾਈਵ 'ਤੇ ਹੈ, ਬਟ ਐਂਡ ਆਫ ਦਾ ਡੇ ਜਿੰਨਾ ਵੀ ਮੋਹਾਲੀ ਬਣਿਆ ਹੋਇਆ ਉਹ ਸਾਰਾ ਹੀ ਬਹੁਤ ਹੀ ਵਧੀਆ ਅਤੇ ਬਹੁਤ ਹੀ ਵੈਲ ਪਲੈਨਡ ਬਣਿਆ ਹੋਇਆ। ਅਨੁਪਮ ਜੀ, ਸਾਡੇ ਦਰਸ਼ਕ ਲਗਾਤਾਰ ਜੁੜ ਰਹੇ ਨੇ, ਪਟਿਆਲਾ ਤੋਂ ਬਲਜੀਤ ਕੌਰ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਬਲਜੀਤ ਜੀ, ਤੁਸੀਂ ਤੁਹਾਡਾ ਸਵਾਲ ਕੀ ਹੈ, ਕੀ ਪੁੱਛਣਾ ਚਾਹੋਗੇ?
ਹੈਲੋ, ਹਾਂਜੀ ਹਾਂਜੀ ਮੈਮ, ਅਸੀਂ ਪੁੱਛ ਰਹੇ ਕਿ ਜਿਹੜੇ 1 BHK ਫਲੈਟਸ ਹੈ 15 to 20 lakh ਦੀ ਜਿਹੜੀ ਤੁਸੀਂ ਅਮਾਊਂਟ ਕਹਿ ਰਹੇ ਹੋ, ਕਿ ਇਹ ਲੰਬਸਮ ਹੈ? ਬਲਜੀਤ, ਤੁਸੀਂ ਆਪਣੇ ਟੀਵੀ ਦੀ ਆਵਾਜ਼ ਘੱਟ ਕਰੋ। ਜਿਹੜੇ ਪ੍ਰਾਈਸ ਉਰੇ ਸ਼ੋਅ ਕੀਤੇ ਜਾ ਰਹੇ ਨੇ ਉਹ ਬੇਸਿਕਲੀ ਇੱਕ ਐਵਰੇਜ ਪ੍ਰਾਈਸ ਹੈਗਾ। ਜਿਹੜਾ 1 BHK ਹੈਗਾ ਉਹ 20 lakh ਦੇ ਰੇਂਜ ਤੋਂ ਲੈ ਕੇ 30-35 lakh ਤੱਕ ਵੀ ਅਵੇਲੇਬਲ ਹੈਗਾ, ਡਿਪੈਂਡਿੰਗ ਅਪੋਨ ਪ੍ਰੋਜੈਕਟ, ਬਿਕੋਜ਼ ਸਾਰੇ ਡਿਫਰੈਂਟ ਡਿਫਰੈਂਟ ਬਿਲਡਰ ਨੇ, ਸਾਰਿਆਂ ਦੀ ਡਿਫਰੈਂਟ ਡਿਫਰੈਂਟ ਲੈਂਡ ਕੋਸਟ ਜਿਹੜੀ ਹੈਗੀ ਡਿਫਰੈਂਟ ਹੈਗੀ ਹੈ, ਐਮਿਨਿਟੀਜ਼ ਡਿਫਰੈਂਟ ਹੈਗੀਆਂ। ਅਤੇ ਇਹਦੇ ਵਿੱਚ ਜਿਹੜਾ ਇੱਕ ਗੌਰਮੈਂਟ ਵੱਲੋਂ ਇੱਕ ਟੈਕਸ ਹੈਗਾ GST, ਜਿਹਨੂੰ ਕਿ 1% ਲੱਗਦਾ। ਅਗਰ 45 lakh ਤੋਂ ਨੀਚੇ ਦੀ ਪਰਚੇਜ ਹੈ ਤਾਂ 1% ਹੈਗਾ, ਜੇ 45 lakh ਤੋਂ ਉੱਪਰ ਗਿਆ ਤਾਂ 5% ਹੈਗਾ। ਇਸ ਤੋਂ ਇਲਾਵਾ ਕੁਛ ਜਿਹੜੇ ਐਡੀਸ਼ਨਲ ਚਾਰਜਿਸ ਬਿਲਡਰ ਚਾਰਜ ਕਰਦੇ ਆ, ਜਿਵੇਂ ਪਾਵਰ ਬੈਕਅਪ ਹੋ ਗਿਆ, ਕਲੱਬ ਫੈਸਿਲਿਟੀਜ਼ ਹੋ ਗਈਆਂ, IFMS ਹੋ ਗਿਆ, ਜਿਹੜਾ ਕਿ ਰਫਲੀ 50,000 lakh ਰੁਪਏ ਦੇ ਆਸ ਪਾਸ ਬਣੇਗਾ। ਅਤੇ ਇਸ ਤੋਂ ਇਲਾਵਾ ਤੁਹਾਡੀ ਜਿਹੜੀ ਕੋਸਟ ਆਏਗੀ ਉਹ ਰਜਿਸਟਰੀ ਦੀ ਕੋਸਟ ਆਏਗੀ, ਸਰਕਾਰੀ ਰਜਿਸਟਰੀ ਜਿਹੜੀ ਤੁਸੀਂ ਕਰਾਉਂਗੇ ਉਹਦੇ 'ਚ ਰਫਲੀ 8% ਦੇ ਆਸ ਪਾਸ ਖਰਚਾ ਆਉਂਦਾ, ਜਿਹੜਾ ਰਜਿਸਟਰੀ ਦਾ ਖਰਚਾ ਆਉਂਦਾ। ਤਾਂ ਮੋਟਾ ਮੋਟਾ ਅਗਰ ਆਪਾਂ 1-2 lakh ਦੇ ਫਲੈਟ ਦੀ ਗੱਲ ਕਰ ਰਹੇ ਹਾਂ ਤਾਂ 1 lakh ਰੁਪਏ ਦੇ ਆਸ ਪਾਸ, 1-1.25 lakh ਰੁਪਏ ਦੇ ਆਸ ਪਾਸ ਉਹਦੇ ਅਦਰ ਚਾਰਜਿਸ ਹੋਣਗੇ। ਅਤੇ ਐਟ ਦਾ ਸੇਮ ਟਾਈਮ ਉਹਦੇ ਵਿੱਚ 20,000 ਰੁਪਏ ਟੈਕਸ ਹੋਏਗਾ, 1.5 lakh ਰੁਪਏ ਹੋ ਗਿਆ, ਅਤੇ ਤੁਹਾਡਾ 1.5 lakh ਰੁਪਏ ਰਜਿਸਟਰੀ ਕਰਾਉਣ ਦਾ ਖਰਚਾ ਆਏਗਾ। ਤਾਂ ਤੁਹਾਨੂੰ 20 lakh ਵਾਲਾ ਫਲੈਟ 23 lakh ਰੁਪਏ ਕੋਸਟ ਕਰੇਗਾ ਐਂਡ ਉਹਦਾ ਦੇ। ਬਹੁਤ ਬਹੁਤ ਸ਼ੁਕਰੀਆ ਬਲਜੀਤ ਜੀ। ਸਾਡੇ ਨਾਲ ਨੰਗਲ ਤੋਂ ਸੋਨਮ ਜੁੜ ਚੁੱਕੇ ਨੇ। ਸੋਨਮ, ਸਵਾਗਤ ਹੈ ਇੰਡੀਅਨ ਨਿਊਜ਼ ਪੰਜਾਬ ਦੇ ਵਿੱਚ। ਕੀ ਸਵਾਲ ਹੈ ਤੁਹਾਡਾ? ਹਾਂਜੀ ਮੈਮ, ਮੈਨੇ ਕਨਫਰਮ ਕਰਨਾ ਥਾ ਕਿ ਇਹ ਜੋ ਪਲਾਟ ਹੈ ਆਪ ਦੇ ਰਹੇ ਹੋ ਫਲੈਟ, ਇਹ ਕਿੰਨੇ ਮਰਲੇ ਕਾ ਹੈ ਜੋ ਉੱਪਰ ਆਪਣੇ ਫਲੈਟ ਦੇ ਰਹੇ ਹੋ, ਫਸਟ ਸੈਕਿੰਡ ਦਾ ਥਰਡ ਫਲੋਰ ਵਾਲਾ? ਹੈਲੋ, ਹਾਂਜੀ, ਉਹ ਕਿਤਨੇ ਕਾ ਪੜੇਗਾ ਹਮੇ? ਅਨੁਪਮ ਜੀ, ਕਿਤਨੇ ਬੈਡਰੂਮ ਹੈ ਕਿ ਜੋ ਆਪਾਂ ਦਿਖਾ ਰਹੇ ਹਾਂ ਕਿ 1 BHK? ਹਾਂਜੀ, ਜਿਹੜਾ ਜਿਹੜਾ ਫਲੈਟ ਮੈਂ ਤੁਹਾਨੂੰ ਰੇਟ ਦੱਸਦਾ। ਜੀ ਜੀ, ਹਾਂਜੀ, ਮੈਂ ਤੁਹਾਨੂੰ ਰੇਟ ਦੱਸ ਦਿੰਦਾ। ਜਿਹੜੇ ਫਲੈਟਸ ਹੁੰਦੇ ਆ ਉਹ ਮਰਲਿਆਂ ਦੇ ਵਿੱਚ ਨਹੀਂ ਹੁੰਦੇ, ਉਹ ਸਕੇਅਰ ਫੀਟਾਂ ਦੇ ਵਿੱਚ ਹੁੰਦੇ ਆ। ਜਿਵੇਂ ਫਲੈਟ ਦਾ ਸਾਈਜ਼ 2 BHK ਹੈ, ਮੋਟਾ ਮੋਟਾ ਜਿਹੜਾ 2 BHK ਫਲੈਟ ਹੁੰਦਾ ਉਹ 1000 square feet ਤੋਂ ਲੈ ਕੇ 1250-1300 ਸਕੇਅਰ ਫੀਟ ਦੇ ਵਿੱਚ ਹੁੰਦਾ ਹੈ। ਅਤੇ 3 BHK ਜਿਹੜਾ ਹੈਗਾ ਉਹ 1200 square feet ਤੋਂ ਲੈ ਕੇ 1500 square feet ਹੁੰਦਾ ਹੈ। ਤਾਂ ਐਵਰੇਜ ਜਿਹੜਾ ਸਕੇਅਰ ਫੀਟ ਦਾ ਪ੍ਰਾਈਸ ਮੋਹਾਲੀ 'ਚ ਚੱਲਦਾ ਪਿਆ ਉਹ 4000 ਤੋਂ ਲੈ ਕੇ 4500-5000 ਦੇ ਵਿੱਚ ਵੇਰੀ ਕਰਦਾ ਡਿਫਰੈਂਟ ਬਿਲਡਰਸ ਵਾਈਜ਼। ਸਭ ਤੋਂ ਸਸਤੇ ਵਾਲਾ 4000 ਰੁਪਏ ਸਕੇਅਰ ਫੀਟ ਹੈਗਾ, ਅਦਰਵਾਈਜ਼ 4500-5000 ਰੁਪਏ ਸਕੇਅਰ ਫੀਟ ਹੈਗਾ। ਤਾਂ ਮੋਟਾ ਮੋਟਾ ਅਗਰ ਆਪਾਂ 2 BHK ਦੀ ਗੱਲ ਕਰਾਂਗੇ ਤਾਂ 2 BHK ਜਿਹੜਾ ਹੈਗਾ ਅਗਰ 1000 square feet ਦਾ ਫਲੈਟ ਹੈ ਤਾਂ ਉਹ ਰਫਲੀ 40 lakh ਦੇ ਆਸ ਪਾਸ ਕੋਸਟ ਕਰੇਗਾ। 3 BHK ਜਿਹੜਾ ਹੈਗਾ ਉਹ ਰਫਲੀ 50-60 lakh ਦੇ ਵਿੱਚ ਕੋਸਟ ਕਰੇਗਾ। ਤਾਂ ਇਹਦੇ ਕਰਕੇ ਜਿਹੜਾ ਹੈਗਾ ਬੇਸਿਕਲੀ ਜਿਹੜਾ ਇੱਕ ਪ੍ਰੋਜੈਕਟ ਹੁੰਦਾ ਸੋਸਾਇਟੀ ਦਾ, ਅਪਾਰਟਮੈਂਟ ਦਾ, ਉਹਦੇ ਵਿੱਚ ਕਈ ਚੀਜ਼ਾਂ ਇਨਵੋਲਡ ਹੁੰਦੀਆਂ। ਕਿਉਂਕਿ ਉਹਦੇ ਵਿੱਚ ਜੇ 10 acres ਜ਼ਮੀਨ ਹੈ ਤਾਂ ਬਿਲਡਰ ਨੂੰ ਜਿਹੜਾ ਬਣਾਉਣ ਵਾਸਤੇ ਮੋਟਾ ਮੋਟਾ 4 acres ਜ਼ਮੀਨ ਹੀ ਮਿਲਦੀ ਹੈ, 5-6 acres ਉਹਨੂੰ ਛੱਡਣੀ ਪੈਂਦੀ ਹੈ, ਬਿਕੋਜ਼ ਪਾਰਕਿੰਗ, ਸੜਕਾਂ ਅਤੇ ਕਲੱਬ ਫੈਸਿਲਿਟੀਜ਼, ਪਾਰਕ ਵਗੈਰਾ ਜਿਹੜੇ ਹੋਵੇ। ਤਾਂ ਆਟੋਮੈਟਿਕਲੀ ਜਿਹੜੀ ਉਹਦੀ ਕੋਸਟ ਵੀ ਹੈਗੀ ਹੈ ਉਹ ਕਸਟਮਰ ਦੇ ਉੱਪਰ ਹੀ ਪੈਂਦੀ, ਕਿਉਂਕਿ ਲੈਂਡ ਕੋਸਟ ਜਿਹੜੀ ਹੈਗੀ ਫਲੈਟ ਦੇ, ਹਰ ਫਲੈਟ ਦੇ ਉੱਪਰ ਪ੍ਰਪੋਰਸ਼ਨਲ ਲੈਂਡ ਕੋਸਟ ਪੈਂਦੀ ਹੈ। ਅਤੇ ਕਾਰਪਟ ਏਰੀਆ, ਸੁਪਰ ਏਰੀਆ ਦਾ ਇੱਕ ਕਨਸੈਪਟ ਹੁੰਦਾ ਜਿਹਦੇ ਵਿੱਚ ਕੀ ਹੁੰਦਾ ਕਿ ਜਿਵੇਂ ਫੋਰ ਇਗਜ਼ਾਮਪਲ ਤੁਹਾਡਾ ਜਿਹੜਾ ਕਵਰਡ ਏਰੀਆ ਜਿਹਦੇ ਵਿੱਚ ਤੁਹਾਡੇ ਰੂਮਸ ਅਤੇ ਦੀਵਾਰਾਂ ਵਗੈਰਾ ਸਾਰਾ ਕੁਛ ਮਿਲਾ ਕੇ ਉਹ ਅਗਰ ਸਪੋਜ਼ 900 square feet ਹੈ ਅਤੇ ਸੁਪਰ ਏਰੀਆ 1200 square feet ਹੈ, ਉਹ 300 feet ਦਾ ਗੈਪ ਕੀ ਹੈ, ਉਹ ਜਿਹੜੀ ਤੁਹਾਡੀ ਬਾਉਂਡਰੀ ਹੈਗੀ ਹੈ, ਜਿਹੜੀ ਤੁਹਾਡੀ ਲੋਬੀ ਹੈਗੀ ਹੈ, ਜਿਹੜੀ ਤੁਹਾਡੀ ਲਿਫਟਾਂ ਹੈਗੀਆਂ, ਜਿਹੜੀ ਆਪ ਸਟੇਅਰ ਕੇਸ ਹੈਗਾ, ਉਹ ਸਾਰੀ ਚੀਜ਼ਾਂ ਤੁਸੀਂ ਉਸ ਫਲੈਟ ਤੱਕ ਪਹੁੰਚੇ ਕਿੱਦਾਂ?
ਉਹ ਵੀ ਤੁਹਾਨੂੰ ਜਿਹੜੀ ਹੈਗੀ ਕੋਸਟ ਜਿਹੜੀ ਹੈਗੀ ਫਲੈਟ ਦੇ ਉੱਪਰ ਇਨਕਮ ਕਰਨੀ ਪੈਂਦੀ ਹੈ। ਤਾਂ ਇਸ ਕਰਕੇ ਜਿਹੜਾ ਸਾਈਜ਼ ਹੁੰਦਾ, ਜਦ ਵੀ ਤੁਸੀਂ ਖਰੀਦਣ ਜਾਓ ਤਾਂ ਤੁਸੀਂ ਜ਼ਰੂਰ ਪੁੱਛਣਾ ਕਿ ਕਾਰਪੇਟ ਏਰੀਆ ਕੀ ਹੈ ਅਤੇ ਸੁਪਰ ਏਰੀਆ ਕੀ ਹੈ। ਤੁਸੀਂ ਜਿਹੜਾ ਰਹੋਗੇ ਉਹ ਕਾਰਪੇਟ ਏਰੀਆ 'ਚ ਰਹੋਗੇ, ਪਰ ਜਿਹੜਾ ਤੁਹਾਡਾ ਟੋਟਲ ਲੋਡਿੰਗ ਆਏਗੀ, ਜਿਹੜਾ ਕਿ ਬਿਲਡਰ ਤੁਹਾਡੇ ਤੋਂ ਚਾਰਜ ਕਰੇਗਾ, ਉਹ ਸੁਪਰ ਏਰੀਆ 'ਤੇ ਚਾਰਜ ਕਰੇਗਾ, ਜਿਹਦੇ ਵਿੱਚੋਂ ਕੋਮਨ ਸਰਵਿਸਿਜ਼ ਦਾ ਵੀ ਤੁਹਾਡੇ ਤੋਂ ਪੈਸੇ ਲਏਗਾ। ਜੀ ਸਨਮ ਜੀ, ਬਹੁਤ ਬਹੁਤ ਸ਼ੁਕਰੀਆ। ਸਾਡੇ ਨਾਲ ਮੋਹਾਲੀ ਤੋਂ ਕੁਲਵੰਤ ਕੌਰ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਕੁਲਵੰਤ ਜੀ, ਕੀ ਸਵਾਲ ਹੈ ਤੁਹਾਡਾ, ਕੀ ਪੁੱਛਣਾ ਚਾਹੋਗੇ? ਹੈਲੋ, ਹਾਂਜੀ, ਆਵਾਜ਼ ਆ ਰਹੀ ਹੈ। ਮੈਂ ਪੁੱਛਣਾ ਚਾਹੁੰਦੀ ਸੀ ਕਿ ਤੁਸੀਂ ਕਹਿ ਰਹੇ ਹੋ 50 ਤੋਂ 55 ਲੱਖ ਰੁਪਇਆ 10 ਮਰਲੇ ਦਾ ਪਲਾਟ, ਤੇ ਇਹ ਜਦ ਅਸੀਂ ਲੈਣ ਆਵਾਂਗੇ ਤੇ ਜਦ ਇਹ ਰੇਟ ਮਿਲੇਗਾ ਸਕਰੀਨ ਦੇ ਉੱਪਰ, ਜਿਹੜਾ 10 ਮਰਲੇ ਦਾ ਪਲਾਟ ਹੈ, ਨਹੀਂ ਜਿਹੜਾ ਰੇਟ ਹੈਗਾ 10 ਮਰਲੇ ਦਾ, ਜਿਹੜਾ ਰੇਟ ਉੱਥੇ ਹੈਗਾ ਉਹ ਆਲਮੋਸਟ 1 ਕਰੋੜ ਦੇ ਆਸ-ਪਾਸ ਹੈਗਾ, 1 ਕਰੋੜ ਤੋਂ 1.25 ਕਰੋੜ ਦੇ ਆਸ-ਪਾਸ, 1 ਕਰੋੜ ਦੇ ਆਸ-ਪਾਸ ਹੈਗਾ। ਐਕਚੁਅਲ ਜਿਹੜਾ ਮੋਹਾਲੀ ਦਾ ਐਵਰੇਜ ਰੇਟ ਹੈ ਉਹ 50,000 ਰੁਪਏ ਗੱਜ ਹੈ, ਤੇ ਜਿਹੜੇ ਪੁਰਾਣੇ ਫੇਜ਼ਿਸ ਹੈਗੇ ਮੋਹਾਲੀ ਦੇ ਉਹਨਾਂ ਦਾ ਰੇਟ 70,000 ਤੋਂ 80,000 ਰੁਪਏ ਗੱਜ ਹੈ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਸੋਨਮ ਜੀ। ਸੋ ਇਹਦੇ ਵਿੱਚ ਥੋੜ੍ਹੀ ਜਿਹੀ, ਕਿਉਂਕਿ ਮੋਹਾਲੀ ਦੇ ਵਿੱਚ ਕਈ ਸੈਕਟਰਸ ਨੇ, ਕਈ ਸੈਕਟਰਾਂ ਦੇ ਵਿੱਚ 25,000 ਤੇ 30,000 ਰੁਪਏ ਗੱਜ ਵੀ ਰੇਟ ਹੈ, ਜਿਹੜੇ ਨਵੇਂ ਸੈਕਟਰਸ ਡਿਵੈਲਪ ਹੋ ਰਹੇ ਹੈ ਜਿਵੇਂ 116, 117, 118 ਜਿਹੜੇ ਕਿ ਲਾਂਡਰਾ ਖਰੜ ਰੋਡ ਦੇ ਉੱਪਰ ਪੈਂਦੇ ਆ, ਉੱਥੇ ਜਿਹੜਾ ਐਵਰੇਜ ਰੇਟ ਹੈ ਉਹ 20 ਤੋਂ 25,000 ਰੁਪਏ ਗੱਜ ਹੈ। ਤਾਂ ਆਟੋਮੈਟਿਕ ਅਗਰ ਤੁਸੀਂ 10 ਮਰਲੇ ਦਾ ਪਲਾਟ ਦੀ ਗੱਲ ਕਰ ਰਹੇ ਹੋ ਤਾਂ ਉੱਥੇ 62 ਲੱਖ ਦਾ, 65 ਲੱਖ ਦਾ ਵੀ ਮਿਲ ਸਕਦਾ ਹੈ ਮੋਹਾਲੀ ਦੇ ਵਿੱਚ, ਬਟ ਜਿਹੜੇ 80 ਸੈਕਟਰ ਦੀ ਏਰੀਆ ਦੀ ਗੱਲ ਕਰ ਰਹੇ ਹਾਂ ਆਪਾਂ, ਇਹਦੇ ਵਿੱਚ ਐਵਰੇਜ 40-50,000 ਰੁਪਏ ਗੱਜ ਦਾ ਰੇਟ ਹੈਗਾ, 1 ਕਰੋੜ ਰੁਪਏ ਦੇ ਆਸ ਪਾਸ ਤੁਹਾਨੂੰ ਪਲਾਟ ਮਿਲੇ। ਖਾਸ ਪ੍ਰੋਗਰਾਮ ਪ੍ਰੋਪਰਟੀ ਗਾਈਡ ਦੇ ਵਿੱਚ ਲਗਾਤਾਰ ਸਾਡੇ ਦਰਸ਼ਕ ਸਾਡੇ ਨਾਲ ਫੋਨ ਲਾਈਨ ਤੇ ਜੁੜ ਰਹੇ ਨੇ। ਪਟਿਆਲਾ ਤੋਂ ਮਨਪ੍ਰੀਤ ਕੌਰ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਮਨਪ੍ਰੀਤ ਜੀ, ਸਵਾਗਤ ਹੈ ਇੰਡੀਅਨ ਨਿਊਜ਼ ਪੰਜਾਬ ਦੇ ਵਿੱਚ। ਹਾਂਜੀ, ਕੀ ਪੁੱਛਣਾ ਚਾਹੁੰਦੇ ਹੋ? ਮੈਮ, ਮੈਂ ਪੁੱਛਣਾ ਚਾਹ ਰਿਹਾ ਸੀਗਾ ਕਿ ਜਿਹੜੇ 3 BHK ਦੇ ਫਲਾਈਟ ਨੇ ਉਹ ਥੋੜ੍ਹਾ ਜਿਹਾ ਵੇਰਵਾ ਦੇ ਦਿਓ ਵੀ ਜੋ ਗਰਾਊਂਡ ਫਲੋਰ 'ਤੇ ਨੇ ਜਾਂ ਫਸਟ ਸੈਕਿੰਡ 'ਤੇ ਨੇ ਉਹ 'ਤੇ ਕਿੰਨਾ ਕੁ ਡਿਫਰੈਂਸ ਹੋਊਗਾ ਰੇਟ ਦਾ? ਜੀ ਅਨੁਪਮ ਜੀ, ਜਿਹੜਾ ਰੇਟ ਦਾ ਡਿਫਰੈਂਸ ਹੁੰਦਾ ਜੀ ਉਹ 5% ਤੋਂ 7% ਦੇ ਵਿੱਚ ਹੁੰਦਾ, ਜਿਵੇਂ ਗਰਾਊਂਡ ਫਲੋਰ, ਫਸਟ ਫਲੋਰ, ਸੈਕਿੰਡ ਫਲੋਰ, ਥਰਡ ਫਲੋਰ, ਇਹ 3-4 ਜਿਹੜੇ ਫਲੋਰ ਹੈਗੇ ਇਹਨਾਂ ਦੇ ਉੱਪਰ ਬਿਲਡਰ ਫਲੋਰ PLC ਲਗਾਉਂਦਾ। ਗਰਾਊਂਡ ਫਲੋਰ ਜਨਰਲੀ, ਫੋਰ ਐਗਜ਼ਾਮਪਲ ਤੁਹਾਡਾ 6ਵੀਂ ਮੰਜ਼ਿਲ ਹੈ, 6ਵੀਂ ਮੰਜ਼ਿਲ ਦੇ ਗਰਾਊਂਡ ਫਲੋਰ ਦੇ ਵਿੱਚ ਐਵਰੇਜ 5-6% ਦਾ ਫਰਕ, ਅਗਰ 50 ਲੱਖ ਦਾ ਫਲੈਟ ਹੈ ਤਾਂ 2.5 ਲੱਖ ਦਾ ਫਰਕ ਹੋਇਆ, 40 ਲੱਖ ਦਾ ਫਲੈਟ ਹੈ ਤਾਂ 2 ਲੱਖ ਦਾ ਫਰਕ ਹੋਇਆ, ਅਗਰ 1 ਕਰੋੜ ਦਾ ਫਲੈਟ ਹੈ ਤਾਂ 5-6 ਲੱਖ ਦਾ ਫਰਕ ਹੋਇਆ। ਤਾਂ ਜਨਰਲੀ ਗਰਾਊਂਡ ਫਲੋਰ ਤੋਂ ਟੋਪ ਫਲੋਰ ਦੇ ਵਿੱਚ ਜਿਹੜਾ ਹੈਗਾ 6-7 ਲੱਖ ਰੁਪਏ ਦਾ ਫਰਕ ਪੈਂਦਾ ਲਾਸਟ ਤੱਕ, ਬਟ ਡਿਪੈਂਡ ਹੁੰਦਾ ਫਲੈਟ ਦੇ ਸਾਈਜ਼, ਅਗਰ 20 ਲੱਖ ਦਾ ਹੀ ਫਲੈਟ ਹੈ ਤਾਂ ਉਹਦੇ ਵਿੱਚ ਸਿਰਫ 1 ਲੱਖ ਰੁਪਏ ਦਾ ਫਰਕ ਪਏਗਾ। ਬਟ ਸਭ ਤੋਂ ਮਹਿੰਗਾ ਜਿਹੜਾ ਫਲੈਟ ਅੱਜ ਦੀ ਡੇਟ ਦੇ ਵਿੱਚ ਹੁੰਦਾ ਉਹ ਗਰਾਊਂਡ ਫਲੋਰ ਹੁੰਦਾ, ਉਸ ਤੋਂ ਬਾਅਦ ਥੋੜ੍ਹਾ ਜਿਹਾ ਫਸਟ ਫਲੋਰ ਉਸ ਤੋਂ ਸਸਤਾ ਹੁੰਦਾ, ਫਿਰ ਸੈਕਿੰਡ ਫਲੋਰ ਸਸਤਾ ਹੁੰਦਾ, ਥਰਡ ਸਸਤਾ ਹੁੰਦਾ, ਫੋਰਥ ਹੁੰਦਾ, 5ਵੀਂ ਮੰਜ਼ਿਲ ਤੋਂ ਬਾਅਦ ਇੱਕੋ ਰੇਟ ਹੁੰਦਾ। ਬਟ ਟ੍ਰੈਂਡ ਜਿਹੜਾ ਹੁਣ ਹੈਗਾ ਉਹ ਉੱਪਰ ਮਿਲਣ ਦਾ ਹੈਗਾ, ਕਿਉਂਕਿ ਹਾਈ ਰਾਈਜ਼ ਜਿਹੜਾ ਅੱਜ ਕੱਲ੍ਹ ਸਾਰਾ ਸ਼ਹਿਰ ਬਣਦਾ ਪਿਆ ਤਾਂ ਉੱਪਰੋਂ ਵਿਊ ਵੀ ਬੜਾ ਸ਼ਾਨਦਾਰ ਹੁੰਦਾ, ਪੋਲਿਊਸ਼ਨ ਵੀ ਘੱਟ ਹੁੰਦਾ, ਅਤੇ ਐਟ ਦਾ ਸੇਮ ਟਾਈਮ ਜਿਹੜਾ ਹੈਗਾ ਉਹਦੇ ਵਿੱਚ ਜਿਹੜੇ ਹੈਗੇ ਨੋਇਸ ਵੀ ਬਿਲਕੁਲ ਡਿਸਟਰਬੈਂਸ ਨਹੀਂ ਆਉਂਦੀ। ਬਹੁਤ ਬਹੁਤ ਸ਼ੁਕਰੀਆ ਕੁਲਵੰਤ ਜੀ। ਅਨੁਪਮ ਜੀ, ਇੱਕ ਸਵਾਲ ਇਹ ਹੈ ਕਿ ਮੋਹਾਲੀ ਚੰਡੀਗੜ੍ਹ ਕਾਫੀ ਬਹੁਤ ਡਿਵੈਲਪਡ ਏਰੀਆ ਹੈ ਔਰ ਬਹੁਤ ਸਾਰੇ ਲੋਕ ਨੇ ਜਿਹੜੇ ਉੱਥੇ ਰਹਿਣ ਆਉਂਦੇ ਨੇ, ਉਹ ਲੋਕਾਂ ਨੂੰ ਕਿਸ ਤਰ੍ਹਾਂ ਪਤਾ ਚੱਲਦਾ ਕਿ ਇਹ ਚੀਜ਼ ਹੈ ਜਿਹੜੀ ਇਹ ਏਰੀਆ ਬਹੁਤ ਵਧੀਆ? ਸਾਡੇ ਨਾਲ ਸਾਡੇ ਦਰਸ਼ਕ ਨੰਗਲ ਤੋਂ ਸੋਨਮ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਨੇ। ਸੋਨਮ, ਕੀ ਪੁੱਛਣਾ ਚਾਹੋਗੇ ਤੁਸੀਂ? ਸੋਨਮ, ਮੇਰੀ ਆਵਾਜ਼ ਮਿਲ ਪਾ ਰਹੀ ਹੈ? ਹਾਂਜੀ, ਪੂਨਮ ਸਰ ਮੇਰਾ ਨਾਮ। ਐਕਚੁਅਲੀ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਜਿਹੜੇ ਤੁਸੀਂ ਦੱਸ ਰਹੇ ਹੋ 1 BHK ਜਿਹੜੇ ਫਲੈਟ ਹੈ ਇਹ ਸਾਨੂੰ ਜਿਹੜੇ, ਹਾਂਜੀ ਹਾਂਜੀ ਸੋਨਮ, ਆਪਣੀ ਟੀਵੀ ਦਾ ਵੋਲਿਊਮ ਬੰਦ ਕਰੋ ਪਲੀਜ਼।
15-20 lakh ਦੇ ਵਿੱਚ ਸਾਨੂੰ ਮਿਲ ਰਿਹਾ ਇਹ 1 bedroom ਜਿਹੜਾ ਸੈੱਟ ਹੈ ਸਾਨੂੰ। ਹਾਂਜੀ ਵੋਲਿਊਮ ਘੱਟ ਕਰੋ ਮੈਮ। ਹਾਂਜੀ ਠੀਕ ਹੈ ਜੀ, 15-20 lakh ਦੇ ਵਿੱਚ ਸਰ ਸਾਨੂੰ ਇਹ ਮਿਲ ਰਿਹਾ ਹੈ। ਇਹ ਸਾਨੂੰ ਮੀਨਸ ਬੈਂਕ ਦੇ ਥਰੂ ਮਿਲੇਗਾ ਜਾਂ ਜਿਵੇਂ ਤੁਹਾਡੇ ਨਾਲ ਅਸੀਂ ਡਾਇਰੈਕਟ ਜੁੜੀਏ ਜਾਂ ਆ ਕੇ ਗੱਲ ਕਰੀਏ ਜਾਂ ਸਾਨੂੰ ਆਨਲਾਈਨ ਹੀ ਪੇ ਕਰਨੀ ਪਊਗੀ, ਕਿਸ ਤਰ੍ਹਾਂ? ਇਹਦੇ ਵਿੱਚ ਕੀ ਹੈ ਕਿ ਤੁਹਾਨੂੰ ਜਿਵੇਂ ਸਪੋਜ਼ ਇਹ ਜਿਹੜੇ ਰੇਟਸ ਨੇ, ਅਗਰ ਤੁਸੀਂ ਨੰਗਲ ਤੋਂ ਆ ਰਹੇ ਹੋ, ਜਲੰਧਰ ਤੋਂ ਆ ਰਹੇ ਹੋ, ਅੰਮ੍ਰਿਤਸਰ ਤੋਂ ਆ ਰਹੇ ਹੋ, ਤਾਂ ਖਰੜ ਦੇ ਵਿੱਚ ਵੀ ਫਲੈਟਸ ਬਹੁਤ ਅਵੇਲੇਬਲ ਨੇ ਜਿਹੜੇ 3 ਰੇਟਾਂ ਦੇ ਵਿੱਚ ਅਵੇਲੇਬਲ ਨੇ, ਕਿਉਂਕਿ ਉੱਧਰ ਵਾਲੇ ਲੋਕਾਂ ਨੂੰ ਖਰੜ ਜਿਹੜਾ ਹੈਗਾ ਬਿਲਕੁਲ ਚੰਡੀਗੜ੍ਹ ਦੇ ਬੋਰਡਰ ਦੇ ਉੱਪਰ ਹੈਗਾ ਤੇ ਸੂਟ ਕਰਦਾ ਹੈ। ਇਹਦੇ ਵਿੱਚ ਇਹ ਰੇਟ ਤੁਹਾਨੂੰ ਜਿਹੜੇ ਹੈਗੇ ਇਹ ਬੈਂਕ ਲੋਨ ਦੇ ਨਾਲ ਰੇਟਸ ਨੇ। ਤੁਸੀਂ ਜੇ ਅੱਜ ਪਲੋਟ ਫਲੈਟ ਖਰੀਦਣਾ ਚਾਹੁੰਦੇ ਹੋ, ਤੁਸੀਂ ਆਪਣੇ ਆਪ ਹੀ ਕਿਸ਼ਤਾਂ ਪੇ ਕਰ ਸਕਦੇ ਹੋ। ਅਗਰ ਅੰਡਰ ਕੰਸਟਰਕਸ਼ਨ ਫਲੈਟ ਹੈ ਤਾਂ ਤੁਸੀਂ ਉਹਨਾਂ ਦਾ ਸਾਲ ਦਾ 2 ਸਾਲ ਦਾ ਤੁਹਾਡਾ ਪੇਮੈਂਟ ਪਲਾਨ ਬਣ ਜਾਏਗਾ 20 ਲੱਖ ਰੁਪਏ ਦੀ ਚੀਜ਼ ਹੈ, ਤੁਸੀਂ ਇਕੱਠਾ ਨਹੀਂ ਪੈਸਾ ਦੇਣਾ। ਤੁਸੀਂ 2-2.5 ਸਾਲਾਂ 'ਚ ਜਿਵੇਂ ਜਿਵੇਂ ਫਲੈਟ ਬਣ ਰਿਹਾ, ਬਿਲਡਰ ਤੁਹਾਡੇ ਤੋਂ ਡਿਮਾਂਡ ਕਰੇਗਾ ਪਹਿਲੀ ਮੰਜ਼ਿਲ ਦਾ ਇੰਨੇ ਪੈਸੇ ਲਵਾਂਗਾ, ਚੌਥੀ ਮੰਜ਼ਿਲ ਦਾ ਪਹੁੰਚਣ ਇੰਨੇ ਲਵਾਂਗਾ, 8ਵੀਂ ਦੇ ਲਵਾਂਗਾ, ਉਹਨੂੰ ਕੰਸਟਰਕਸ਼ਨ ਇੱਕ ਪਲਾਨ ਕਹਿੰਦੇ ਆ। ਦੂਸਰਾ ਹੁੰਦਾ ਸਬਵੈਂਸ਼ਨ ਪਲਾਨ। ਸਬਵੈਂਸ਼ਨ ਪਲਾਨ 'ਚ ਕੀ ਹੁੰਦਾ ਹੈ ਕਿ ਤੁਸੀਂ ਫਲੈਟ ਖਰੀਦਦੇ ਹੋ ਅਤੇ ਬਿਲਡਰ ਤੁਹਾਡਾ ਜਿਹੜਾ ਹੈਗਾ ਇੰਟਰਸਟ ਪੇ ਕਰਦਾ ਲੋਨ ਦਾ ਜਦ ਤੱਕ ਪੁਜੈਸ਼ਨ ਨਹੀਂ ਆ ਜਾਂਦਾ। ਤੁਸੀਂ ਕੋਈ ਕਿਸ਼ਤ ਨਹੀਂ ਦੇਣੀ, ਤੁਸੀਂ ਸਿਰਫ ਜਿਹੜਾ ਹੈਗਾ ਇਨੀਸ਼ੀਅਲ ਅਮਾਊਂਟ ਦੇਣਾ ਅਤੇ ਤੁਹਾਡੀ ਰਿਟਰਨ ਦੇ ਬੇਸ 'ਤੇ ਲੋਨ ਹੋ ਜਾਏਗਾ। ਤੀਸਰਾ ਜਿਹੜਾ ਪੇਮੈਂਟ ਪਲਾਨ ਹੁੰਦਾ ਬੇਸਿਕਲੀ ਕਿ ਜਿਹਦੇ ਵਿੱਚ ਤੁਸੀਂ ਆਪ ਜਿਹੜਾ ਹੈਗਾ ਜਿਵੇਂ ਸਪੋਜ਼ ਕੋਈ ਗਵਰਨਮੈਂਟ ਇੰਪਲਾਈ ਆ, ਬੈਂਕ ਦਾ ਇੰਪਲਾਈ, ਉਹ ਆਪਣੀ ਇੰਸਟੀਟਿਊਸ਼ਨ ਤੋਂ ਹੀ ਲੋਨ ਕਰਾ ਦਿੰਦਾ, ਰਾਈਟ? ਉਸ ਕੇਸ ਦੇ ਵਿੱਚ ਉਹ ਜਿਵੇਂ ਜਿਵੇਂ ਕੰਸਟਰਕਸ਼ਨ ਹੁੰਦੀ ਹੈ ਬੈਂਕ ਜਿਹੜਾ ਹੈਗਾ ਬਿਲਡਰ ਨੂੰ ਪੈਸਾ ਦਿੰਦਾ ਰਹਿੰਦਾ। ਇਹਦੇ ਵਾਸਤੇ ਤੁਹਾਨੂੰ ਇੱਕ ਵਾਰ ਬਿਲਡਰ ਦੇ ਆਫਿਸ ਜਾਣਾ ਪਏਗਾ, ਉੱਥੇ ਡਾਕੂਮੈਂਟੇਸ਼ਨ ਕੰਪਲੀਟ ਕਰਨੀ ਪਏਗੀ ਆਪਣਾ, ਅਗਰ ਤੁਸੀਂ ਲੋਨ 'ਤੇ ਲੈਣਾ। ਅਗਰ ਲੋਨ 'ਤੇ ਨਹੀਂ ਲੈਣਾ ਤਾਂ ਵੀ ਤੁਹਾਨੂੰ ਬਿਲਡਰ ਦੇ ਆਫਿਸ ਜਾ ਕੇ ਬੁਕਿੰਗ ਫਾਰਮ ਭਰਨਾ ਪਏਗਾ, ਪੈਸਿਆਂ ਦੀ ਆਪਸ ਸੈਟਲਮੈਂਟ ਕਰਨੀ ਪਏਗੀ ਕਿਸ ਕਿਸ ਤਰ੍ਹਾਂ ਤੁਹਾਡੀ ਪੇਮੈਂਟ ਜਾਏਗੀ। ਐਂਡ ਤੁਹਾਨੂੰ ਇੱਕ ਵਾਰ ਪ੍ਰੋਡਕਟ ਦੇਖਣਾ ਵੀ ਜ਼ਰੂਰੀ ਹੈ, ਬਿਕੋਜ਼ ਤੁਸੀਂ ਆਨਲਾਈਨ ਖਰੀਦੋਗੇ ਪਰ ਜਦ ਤੱਕ ਤੁਸੀਂ ਜਗ੍ਹਾ ਨਹੀਂ ਦੇਖੀ ਤੁਸੀਂ ਉਹਦਾ ਡਿਸੀਜਨ ਪ੍ਰੋਪਰ ਨਹੀਂ ਲੈ ਪਾਓਗੇ। ਅਤੇ ਇਹਦੇ ਵਾਸਤੇ ਤੁਸੀਂ ਜ਼ਰੂਰ ਆਓ, ਜਿਹੜੇ ਵੀ ਬਿਲਡਰ ਦੇ ਕੋਲ ਤੁਸੀਂ ਇਹ ਪ੍ਰੋਪਰਟੀ ਦੇਖਣਾ ਚਾਹੁੰਦੇ ਹੋ, ਉਹਦੇ ਕੋਲ ਜਾ ਕੇ ਉਹਦੇ ਕੋਲ ਡਿਸਕਸ ਕਰਕੇ ਉਹਦੀ ਸਾਰੀ ਐਮਿਨਿਟੀ ਸਮਝ ਕੇ ਉਹਦੇ ਨਾਲ ਪੇਮੈਂਟ ਪਲਾਨ ਡਿਸਕਸ ਕਰਕੇ ਫਿਰ ਉਸ ਤੋਂ ਪ੍ਰੋਪਰਟੀ ਬਾਏ ਕਰੋ। ਸੋਨਮ ਬਹੁਤ ਬਹੁਤ ਸ਼ੁਕਰੀਆ। ਅਨੁਪਮ ਜੀ ਇੱਕ ਸਵਾਲ ਹੋ ਰਿਹਾ ਕਿ ਨੌਕਰੀ ਸ਼ੁਦਾ ਲੋਕ ਹੁੰਦੇ ਨੇ ਜਿਹੜੇ, ਮੋਸਟਲੀ ਉਹਨਾਂ ਕੋਲ ਪੈਸੇ ਉਹਨੇ ਨਹੀਂ ਹੁੰਦੇ ਜਿਹਨਾਂ ਦਾ ਪਲੋਟ ਜਾਂ ਫਲੈਟ ਹੁੰਦਾ, ਅਤੇ ਉਸਦੇ ਲਈ ਜੋ ਬਿਲਡਰ ਨੇ ਕਿ ਉਹ ਲੋਨ ਆਪ ਕਰਵਾ ਕੇ ਦਿੰਦੇ ਨੇ, ਜਾਂ ਕਿਸ ਹੱਦ ਤੱਕ ਜਿਹੜੀ ਰਿਬੇਟ ਮਿਲਦੀ ਹੈ ਔਰਤਾਂ ਨੂੰ, ਕਿਸ ਹੱਦ ਤੱਕ ਰਿਬੇਟ ਮਿਲਦੀ ਹੈ, ਕਿ ਮਰਦਾਂ ਦੇ ਲਈ ਵੀ ਅਜਿਹੀ ਰਿਬੇਟ ਦੀ ਕੋਈ ਵਿਵਸਥਾ ਹੈ? ਹਾਂਜੀ, ਬੇਸਿਕਲੀ ਇੱਕ ਤਾਂ ਹੁਣ ਜਿਹੜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਚੱਲਦੀ ਪਈ ਹੈ ਉਹਦੇ ਵਿੱਚ ਈਵਨ ਇੰਟਰਸਟ ਸਬਸਿਡੀ ਮਿਲਦੀ ਹੈ। ਜਦ ਵੀ ਤੁਸੀਂ ਫਲੈਟ ਬਾਏ ਕਰਦੇ ਹੋ ਤਾਂ ਰਫਲੀ 2.5 ਲੱਖ ਤੋਂ 3 ਲੱਖ ਰੁਪਏ ਦੇ ਆਸ ਪਾਸ ਜਿਹੜਾ ਹੈਗਾ ਇੰਟਰਸਟ 'ਤੇ ਰਿਬੇਟ ਮਿਲਦੀ ਹੈ, ਜਿਹੜੀ ਕਿ ਸਰਕਾਰ ਪਹਿਲਾਂ ਹੀ ਜਦ ਉਹਨਾਂ ਦੇ ਬਾਏ ਕਰਨ ਤੋਂ ਬਾਅਦ ਉਹਨਾਂ ਦੀ ਕਿਸ਼ਤਾਂ ਸ਼ੁਰੂ ਹੋ ਜਾਂਦੀਆਂ, ਉਹਨਾਂ ਦੇ ਅਕਾਊਂਟ ਦੇ ਵਿੱਚੋਂ ਪੈਸਾ ਆ ਜਾਂਦਾ, ਇੱਕ ਤਾਂ ਉਹ ਬੈਨੀਫਿਟ ਉਹਨਾਂ ਨੂੰ ਮਿਲਦਾ ਹੈਗਾ। ਦੂਸਰਾ ਜਿਹੜਾ ਹੈਗਾ ਬੇਸਿਕਲੀ ਟੈਕਸ ਰਿਬੇਟ, ਜਦ ਵੀ ਫਲੈਟ ਦਾ ਪੁਜੈਸ਼ਨ ਆ ਜਾਂਦਾ ਉਸ ਤੋਂ ਬਾਅਦ ਤੁਹਾਡੇ ਜਿਹੜਾ ਹੁਣ ਜਿਵੇਂ ਅੱਜ ਦੇ ਬਜਟ ਜਿਹੜਾ ਆਇਆ ਸੀਗਾ ਇਸ ਵਾਰ ਦਾ ਉਹਦੇ ਵਿੱਚ 3.5 ਲੱਖ ਤੱਕ ਦੀ EMI ਨੋਨ ਟੈਕਸੇਬਲ ਕਰ ਦਿੱਤੀ ਗਈ ਹੈ ਪ੍ਰਿੰਸੀਪਲ ਪਲੱਸ ਇੰਟਰਸਟ ਦੀ। ਅਤੇ ਫੋਰ ਇਗਜ਼ਾਮਪਲ ਤੁਸੀਂ ਇੱਕ 3 BHK ਖਰੀਦਿਆ, ਤੁਹਾਡੀ 30-40 ਹਜ਼ਾਰ ਰੁਪਏ ਕਿਸ਼ਤ ਹੈ, ਤਾਂ 30-30 ਹਜ਼ਾਰ ਰੁਪਏ ਤੁਹਾਡਾ ਟੈਕਸ ਫਰੀ ਹੋ ਜਾਏਗਾ। ਜਿਹੜਾ ਤੁਹਾਡਾ 10 ਹਜ਼ਾਰ, ਅਗਰ ਤੁਸੀਂ 30% ਸਲੈਬ 'ਚ ਸੀਗੇ, ਤੁਸੀਂ 9 ਹਜ਼ਾਰ ਰੁਪਏ 10 ਹਜ਼ਾਰ ਰੁਪਏ ਉਹਦੇ ਕੋਲ ਟੈਕਸ ਪੇ ਕਰਨਾ ਸੀ, ਉਹ ਤੁਹਾਡਾ 9 ਹਜ਼ਾਰ ਟੈਕਸ ਬਚ ਜਾਏਗਾ। ਇੱਕ ਤਾਂ ਤੁਹਾਨੂੰ ਆਵਾਸ ਯੋਜਨਾ ਦੇ ਅਗੇਂਸਟ ਜਿਹੜਾ ਹੈਗਾ ਇੰਟਰਸਟ ਸਬਸਿਡੀ ਮਿਲ ਗਈ, ਦੂਜਾ ਤੁਹਾਨੂੰ ਟੈਕਸ ਦੀ ਰਿਬੇਟ ਮਿਲ ਗਈ ਤੁਹਾਡੇ ਇਨਕਮ ਟੈਕਸ ਦੇ ਰਿਟਰਨ ਦੇ ਵਿੱਚ। ਸਾਡੇ ਦਰਸ਼ਕ ਜਲੰਧਰ ਤੋਂ, ਸਾਡੇ ਇੱਕ ਹੋਰ ਦਰਸ਼ਕ ਟੋਕਣਾ ਚਾਹਾਂਗੇ, ਇੱਕ ਵਾਰ ਮਾਫ ਕਰਨਾ, ਟੋਕਣਾ ਚਾਹਾਂਗੇ, ਜਲੰਧਰ ਤੋਂ ਇੱਕ ਹੋਰ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ। ਹਾਂਜੀ ਸਵਾਗਤ ਹੈ ਜੀ ਇੰਡੀਆ ਨਿਊਜ਼ ਪੰਜਾਬ ਦੇ ਵਿੱਚ, ਕੀ ਸਵਾਲ ਹੈ ਜੀ ਤੁਹਾਡਾ? ਹੈਲੋ ਬੇਟਾ, ਮੇਰੀ ਇੱਕ ਗੱਲ ਸੁਣੋਗੇ ਜੀ? ਤੁਸੀਂ ਨਾ ਕੋਈ ਇਸ ਤਰ੍ਹਾਂ ਜਾਪਦਾ, ਮੈਨੂੰ ਕੋਈ ਟੇਪ ਜਿਹੀ ਲਗਾ ਕੇ ਰੱਖੀ ਹੋਈ ਹੈ, ਅਸੀਂ ਟੈਲੀਫੋਨ ਕੀਤਾ ਤੇ ਤੁਸੀਂ ਉਹ ਟੇਪ ਨੂੰ ਆਨ ਕਰ ਦਿੱਤਾ, ਤੁਸੀਂ ਪਹਿਲਾਂ ਕਸਟਮਰ ਦੀ ਗੱਲ ਤਾਂ ਸੁਣੋ, ਕਹਿਣਾ ਕੀ ਚਾਹੁੰਦਾ? ਸਰ ਅਸੀਂ ਸੁਣ ਰਹੇ ਹਾਂ, ਤੁਹਾਡੀ ਸਿੱਧੀ ਗੱਲਬਾਤ, ਤੁਹਾਡੀ ਗੱਲਬਾਤ ਕਰਵਾ ਰਹੇ ਹਾਂ, ਤੁਸੀਂ ਆਪਣਾ ਸਵਾਲ ਦੱਸ ਸਕਦੇ ਹੋ? ਹਾਂ, ਤੁਸੀਂ ਕੀ ਕਹਿੰਦੇ? ਇਸ ਤਰ੍ਹਾਂ ਮੈਂ ਜਲੰਧਰ ਤੋਂ ਬੋਲਦਾ ਜੀ, ਮੇਰੀ 75 ਸਾਲ ਦੀ ਏਜ ਹੈ ਜੀ,
ਮੈਨੂੰ ਨਾ 1 ਬੈਡਰੂਮ ਸੈੱਟ ਚਾਹੀਦਾ ਹੈ, ਮਤਲਬ ਕੀਮਤ ਮਤਲਬ ਖਰੀਦਣਾ ਮੈਂ ਜੀ ਜੀ, ਤੇ ਇਸ ਕਰਕੇ ਤੁਸੀਂ ਇਹ ਦੱਸੋ ਵੀ ਇਹ ਕਿੱਥੇ ਕਰਕੇ ਹੈਗਾ ਜਿਹੜਾ ਸੈਕਟਰ ਤੁਹਾਡਾ ਦੱਸ ਰਹੇ ਪੰਖਾਂ ਜੀ, ਇਹ ਸੈਕਟਰ ਜਿਹੜਾ 80 ਕਿੱਥੇ ਕਰਕੇ ਸਿਚੁਏਟਡ ਹੈਗਾ ਜੀ ਅਨੁਪਮ ਜੀ? ਇਹ ਜਿਹੜਾ 80 ਸੈਕਟਰ ਹੈਗਾ ਜੀ, ਜਿਹੜਾ ਤੁਸੀਂ ISB ਦੇਖਿਆ ਹੋਣਾ, ਜਿਹੜਾ ਇੰਡੀਅਨ ਇੰਸਟੀਚਿਊਟ ਆਫ ਸਕੂਲ ਆਫ ਬੈਂਕਿੰਗ ਐਜ਼ ਵੈਲ ISR ਦੀ ਬਿਲਡਿੰਗ ਹੈ, ਜਿਹੜਾ ਉਹਦੇ ਆਸ ਪਾਸ ਪੈਂਦਾ 3 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਹੈਗਾ। ਇਹ ਬੇਸਿਕਲੀ ਅਗਰ ਤੁਸੀਂ ਮੋਹਾਲੀ ਦੇ ਪੁਰਾਣੇ 7 ਫੇਜ਼, 8 ਫੇਜ਼, 9 ਫੇਜ਼ ਦੇ ਸੈਕਟਰ ਦੇਖੇ ਹੋਣ, ਤਾਂ ਉਹ ਤੋਂ ਰਫਲੀ 3 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇਹ ਜਿਹੜਾ ਹੈਗਾ ਸੈਕਟਰ ਆਉਂਦਾ ਹੈਗਾ। ਅਤੇ ਬੜੀ ਪ੍ਰਾਈਮ ਲੋਕੇਸ਼ਨ ਦੇ ਉੱਪਰ ਹੈ, ਸੁਹਾਣਾ ਸਾਹਿਬ ਗੁਰਦੁਆਰਾ ਜਿਹੜਾ ਤੁਸੀਂ ਦੇਖਿਆ ਹੋਣਾ, ਉਹ ਵੀ ਇਹਦੇ ਆਲਮੋਸਟ 2-3 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਹੈਗਾ। ਇਹ ਜਿਹੜੀ ਨਵੀਂ ਏਅਰਪੋਰਟ ਰੋਡ ਬਣ ਰਹੀ ਹੈ, ਉਹਦੇ ਆਸ ਪਾਸ ਦੇ ਸਾਰੇ ਸੈਕਟਰ ਨਵੇਂ ਬਣੇ ਹੈ, ਅਤੇ ਉਹਨਾਂ ਦੇ ਵਿੱਚ ਇਹ ਸੈਕਟਰ ਹੈ। ਮਤਲਬ ਅਗਰ ਆਪਾਂ ਗੱਲ ਕਰੀਏ ਤਾਂ ਮੋਹਾਲੀ ਦੇ ਆਲਮੋਸਟ ਇਹ ਸੈਂਟਰ ਪੁਆਇੰਟ ਜਾਈਏ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਅਨੁਪਮ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਘਰ ਬਣਾਉਣਾ ਹਰ ਇੱਕ ਦੇ ਲਈ ਅੱਜ ਕੱਲ੍ਹ ਸੁਖਾਲਾ ਹੋ ਗਿਆ, ਕਿਉਂਕਿ ਲੋਨ ਵਿਵਸਥਾ ਜਿਹੜੀ ਉਹ ਵੀ ਕੀਤੀ ਗਈ ਹੈ। ਦੂਸਰਾ, ਬਿਲਡਰਸ ਆਪਣੇ ਆਪ ਬਹੁਤ ਸੋਹਣੇ ਫਲੈਟਸ ਬਣਾ ਕੇ ਦੇ ਰਹੇ ਨੇ। ਫਿਲਹਾਲ ਇਸ ਬੁਲੇਟਿਨ 'ਚ ਇੰਨਾ ਹੀ, ਬਣੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ।